वेलकम टू खन्ना न्यूज़ लाइव। थाना नथाना अधीन पेंदे पिंड कल्याण सुखा विच बीती रात जमीन खातर पुत ने तेजधार हथियार नाल मां दा कतल कर दिता। इस कतल दा सवेरे पता लग्या जदों मृतक हरभजन कौर दा भरा प्यारा सिंह मौके ते पहुंचिया। पुलिस नूं दित्ते बयानां विच मृतक दे भरा प्यारा सिंह कोटड़ा कोड़ा ने दस्या के उसदा भाणजा सुरजीत सिंह अपनी माता नूं जमीन खातर तंग परेशान कर रहा सी। इस दे चलदे बीती रात उसने अपनी पत्नी नाल मिल के उन्हां दी भैण नूं तेजधार हथियार नाल कतल कर दिता। दूजे पासे पुलिस अधिकारियों का कहना है कि उन्हां वल्लों बयान दर्ज कर ले गए हन अते मामले की जांच शुरू कर दिती है। जिस खिलाफ भी बयान दर्ज करवाए जाएंगे उस खिलाफ मामला दर्ज करके कार्रवाई शुरू कर दिती जाएगी। मैं प्यारा सिंह बोलदा वीरे, मेरी भैण दा कल तकरीबन 3:30 बजे कल्याण सुखे तो मेरे रिश्तेदार ने किसी ने फोन करया, उस करके फिर मैं कल्ला गया। उत्थे जदों मैं गया बार दे मूहरे देखा तो बाहरों सिर्फ आड़ लगी हुई सी, जिंदा नहीं सी लग्या। मैं जदों आड़ खोल के अंदर गया बेड़े दे विच मंजे दे उत्ते कंबल दिता होया, मैनू ऐ लग्या भी कोई बंदा दुपहरे क्यों पिया यार बेड़े दे विच। जदों मैं जाके कंबल चक्या तो उत्थे मेरी भैण दी लाश लथ पलथ, कुछ थोड़े बहुते साह भी सीगे बस मुमकिन ही। इस करके फिर भाई मैं आपदे भरावां नूं सद्या फोन करके, फिर वह तकरीबन 5:30 बजे पहुँचे। इस करके फिर असी उहनूं अपने बंदोबस्त साधन ते असी फिर इत्थे बठिंडे नूं लै के आए भी हस्पताल च दाखल करावांगे। कारण जमीन दा सीगा जी, 2 किले मेरी भैण नूं जमीन दे आउंदे सी, ਉਹ 2 किले ਜ਼ਮੀਨ ਉਹ ਬੰਦਾ ਹੜੱਪਣੇ ਚਾਹੁੰਦਾ ਸੀ ਵੀ ਇਹ ਮੈਂ ਤੋਂ ਹੁਣੇ ਹੀ ਲੈ ਲਾਂ। ਇਸ ਕਰਕੇ ਉਹਨੇ ਮਨਾਹੀ ਕਰੀ, ਮਨਾਹੀ ਤੋਂ ਮਗਰੋਂ ਉਹ ਪਾਪੀ ਨੇ ਕੱਲ ਤਕਰੀਬਨ 3:30 ਵਜੇ ਯਾਨੀ 2:30 ਕੁ ਦਾ ਅਮੂਮਨ ਵੀ ਉਹਦਾ ਕਤਲ ਕਰਤਾ ਬੜੀ ਬੇਰਹਿਮੀ ਨਾਲ। ਕਿਹੜਾ ਬੰਦਾ ਸੀ ਜੀ? ਬੰਦਾ ਉਹ ਹੈਗਾ ਜੀ ਸਰਜੀਤ ਸਿੰਘ ਉਰਫ ਸੀਤਾ। ਸਿਸਤਾ ਮੇਰਾ ਤਾਂ ਭਾਣਜਾ ਲੱਗਦਾ, ਮੇਰੀ ਸਿਸਟਰ ਸੀਗੀ ਉਹ ਹਰਭਜਨ ਕੌਰ। ਹਾਂ, ਹੋਰ ਉਹਦੇ ਘਰ ਵਾਲੀ ਸੀਗੀ ਅਤੇ ਇਸ ਕਰਕੇ ਉਹਨਾਂ ਨੇ ਰਲ ਕੇ ਇੱਕ ਸਾਜ਼ ਦੇ ਤਹਿਤ ਇਹ ਕੰਮ ਕੀਤਾ ਗਿਆ। ਨਸ਼ੇ ਦਾ ਆਦੀ ਸੀ ਅਤੇ ਇਸ ਕਰਕੇ ਚਲੋ ਨਸ਼ਾ ਤਾਂ ਉਹ ਕਰਦਾ ਸੀ ਪਰ ਦੁਪਹਿਰੇ ਤਾਂ ਕੋਈ ਨਸ਼ਾ ਨਹੀਂ ਸੀ ਕਰਿਆ। ਇਸ ਕਰਕੇ ਉਹਨਾਂ ਨੇ ਤਾਂ ਇੱਕ ਪਲਾਨ ਬਣਾ ਕੇ ਇਹ ਕੰਮ ਕੀਤਾ। ਉਹਦੀ ਮਾਂ ਸੀ, ਉਹਦੀ ਸਕੀ ਮਾਂ ਸੀ ਉਹ। ਹਾਂ, ਜ਼ਮੀਨ ਦੇ ਲਈ ਇਹ ਵੱਡਾ ਕਾਰਨ ਬਣਿਆ। ਅਸੀਂ ਵੱਧ ਤੋਂ ਵੱਧ ਉਸ ਬੰਦੇ ਨੂੰ ਨਗਰ ਪਾਲਿਕਾ ਸਜ਼ਾ ਦੇਵੇ, ਸਾਡੀ ਤਾਂ ਇਹੀ ਮੰਗ ਹੈ ਵੀ ਉਹਨੂੰ ਇਨਸਾਫ ਮਿਲੇ ਸਾਨੂੰ ਸਾਡੀ ਭੈਣ ਦਾ। ਅਤੇ ਇਹੀ ਮੇਰੀ ਤਾਂ ਸਾਡੀ ਤਾਂ ਸਾਰੇ ਭੈਣ ਭਾਈ ਦੀ ਇਹੀ ਬੇਨਤੀ ਆ ਵੀ ਕੋਈ ਹੋਰ ਗਾਹਾਂ ਨੂੰ ਇਹੋ ਜਿਹਾ ਸਟੈਪ ਨਾ ਚੱਕੇ, ਆਪਦੇ ਮਾਂ ਪਿਓ ਨੂੰ ਨਾ ਮਾਰੇ। ਮੇਰੀ ਸਿਸਟਰ ਦੀ ਉਮਰ 68 ਸਾਲ ਸੀ ਜੀ, ਉਹਨਾਂ ਦੇ ਉਹਦੀ ਹੈਗੀ ਜੀ 48, ਅਮੂਮਨ 49-50 ਇੱਥੇ ਜੇ ਹੈ ਜੀ। ਵਿਆਹ ਹੈ, 3 ਲੜਕੀਆਂ 1 ਲੜਕਾ ਹੈ। ਉਹ ਕਤਲ ਕਸੀਆ ਜਿਹੜਾ ਹੁੰਦੇ ਆ ਕਸੀਏ ਨਰਮਾ ਗੁੱਡਣ ਵਾਲੇ, ਉਸ ਕਸੀਏ ਨਾਲ ਕੀਤਾ ਗਿਆ। ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ। ਇਹ ਜੀ ਹਰਭਜਨ ਕੌਰ ਪਤਨੀ ਕਰਨੈਲ ਸਿੰਘ ਸੀ, ਉਮਰ ਕਰੀਬ 68 ਸਾਲ, ਕਲਿਆਣ ਪਿੰਡ ਕਲਿਆਣ ਸੁੱਖਾ ਦੀ ਸੀ ਰਹਿਣ ਵਾਲੀ। ਅਤੇ ਇਹਦਾ ਕੱਲ੍ਹ ਜਿਹੜਾ
ਇਹਦੀ ਡੈੱਡ ਬੋਡੀ ਮਿਲੀ ਸੀਗੀ। ਇਹਦਾ ਭਰਾ ਪਿਆਰਾ ਸਿੰਘ ਆਇਆ ਜਦੋਂ, ਉਹ ਪਤਾ ਲੈਣ ਵਾਸਤੇ ਆਇਆ ਸੀ ਪਿਆਰਾ ਸਿੰਘ ਕੌੜਿਆ ਕੋਲਡਾ ਕੌੜਿਆਂ ਵਾਲੀ ਦਾ, ਦਰਵਾਜ਼ਾ ਬਾਹਰੋਂ ਲੱਗਿਆ ਹੋਇਆ ਸੀਗਾ, ਲੱਗੀ ਹੋਈ ਸੀਗੀ। ਇਹਨੇ ਜਾ ਕੇ ਦੇਖਿਆ ਅਤੇ ਅੱਗੇ ਜਿਹੜੀ ਮੰਜੇ ਦੇ ਉੱਤੇ ਡੈੱਡ ਬੋਡੀ ਪਈ ਸੀਗੀ ਇਹਦੀ ਭੈਣ ਦੀ, ਹਰਭਜਨ ਕੌਰ ਦੀ। ਅਤੇ ਘਰ ਦੇ ਵਿੱਚ ਕੋਈ ਮੈਂਬਰ ਹੈ ਨਹੀਂ ਸੀਗਾ, ਉਹ ਸ਼ੱਕ ਯਾਰ ਕਰਦੇ ਵੀ ਆਪਦੇ ਭਾਣਜੇ ਅਤੇ ਭਾਣਜੇ ਨੂੰ ਤਾਂ ਵੀ ਉਹਨਾਂ ਨੇ ਕਤਲ ਕੀਤਾ। ਅਤੇ ਇਹਨਾਂ ਦੇ ਬਿਆਨ ਦੇ ਮੁਤਾਬਕ ਕਾਰਵਾਈ ਕਰਾਂਗੇ ਅਗਲੀ ਤਫਤੀਸ਼। ਇਹ ਤਾਂ ਤਫਤੀਸ਼ ਦੌਰਾਨ ਪਤਾ ਲੱਗੇਗਾ, ਤਫਤੀਸ਼ ਦੌਰਾਨ ਪਰਚਾ ਦਰਜ ਕਰਕੇ ਸ਼ੱਕ ਯਾਰ ਕਰਦੇ ਆ ਵੀ ਸ਼ਾਇਦ ਉਹਨਾਂ ਨੇ ਇਹਨਾਂ ਉਹਦਾ ਕਤਲ ਕੀਤਾ। ਇਹਨਾਂ ਦਾ ਪਹਿਲਾਂ ਲੜਾਈ ਝਗੜਾ ਰਹਿੰਦਾ, ਨਹੀਂ ਤੇਜ਼ ਧਾਰ ਹਥਿਆਰ ਨਾਲ ਨਹੀਂ, ਬਲੰਟ ਵੈਪਨ ਨਾਲ ਹੀ ਮਾਰੇ ਗਏ, ਇੱਕੋ ਹੀ ਸੱਟ ਆ ਉਹਦੇ। ਕਿੰਨੇ ਲੋਕਾਂ ਖਿਲਾਫ਼ ਮਾਮਲਾ ਦਰਜ? ਇਹ ਸਰਜੀਤ ਸਿੰਘ ਅਤੇ ਉਹਦੇ ਘਰ ਵਾਲੀ ਦੇ ਖਿਲਾਫ਼ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ। ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਕਾਰਵਾਈ ਕੀਤੀ ਜਾਵੇ। ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।